ਇਹ ਤੱਥ ਹੈ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ ਤਾਂ ਇਹ ਤੁਹਾਡਾ ਪਹਿਲਾ ਕਦਮ ਹੈ ਆਪਣੇ ਆਪ ਨੂੰ ਇਸ ਨਾਮੁਰਾਦ ਬਿਮਾਰੀ ਸੰਬੰਧੀ ਸੁਚੇਤ ਕਰਨ ਦਾ, ਜਿਹੜੀ ਕਿ ਠੀਕ ਕੀਤੀ ਜਾ ਸਕਦੀ ਹੈ ਜੇਕਰ ਇਸ ਦਾ ਪਤਾ ਸ਼ੁਰੂ ਵਿੱਚ ਹੀ ਲੱਗ ਜਾਵੇ। ਇੱਥੇ ਅਸੀਂ ਹੈਪੇਟਾਈਟਿਸ ਬਾਰੇ ਗੱਲ ਕਰ ਰਹੇ ਹਾਂ। ਹੈਪੇਟਾਈਟਿਸ ਉਹ ਬਿਮਾਰੀ ਹੈ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਜ ਜਾਂ ਜਿਗਰ ਦੀ ਸੋਜਿਸ਼ ਸ਼ਾਮਲ ਹੈ। 5 ਤਰ੍ਹਾਂ ਦੇ ਹੈਪੇਟਾਈਟਿਸ ਵਾਇਰਸ ਹੁੰਦੇ ਹਨ ਜਿਨ੍ਹਾਂ ਨੂੰ ਏ, ਬੀ, ਸੀ, ਡੀ ਅਤੇ ਈ ਵਜੋਂ ਜਾਣਿਆ ਜਾਂਦਾ ਹੈ। ਇਹ ਸਾਰੇ ਹੀ ਭਾਰਤ ਵਿੱਚ ਮਿਲ ਜਾਂਦੇ ਹਨ। ਹੈਪੇਟਾਈਟਿਸ ਏ ਥੋੜੇ ਸਮੇਂ ਦੀ ਲਾਗ ਹੁੰਦੀ ਹੈ ਅਤੇ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ ਅਤੇ ਕਿਸੇ ਖਾਸ ਇਲਾਜ ਦੀ ਲੋੜ ਨਹੀਂ ਪੈਂਦੀ। ਪਰ ਕਈ ਵਾਰ ਡਾਕਟਰ ਇਸ ਦੇ ਲੱਛਣਾਂ ਨੂੰ ਠੀਕ ਕਰਨ ਲਈ ਕੁਝ ਦਵਾਈਆਂ ਲਿਖ ਦਿੰਦੇ ਹਨ। ਹੈਪੇਟਾਈਟਿਸ ਈ ਵੀ ਇੱਕ ਥੋੜੇ ਸਮੇਂ ਦੀ ਲਾਗ ਹੁੰਦੀ ਹੈ ਅਤੇ ਇਸ ਦੇ ਲਈ ਵੀ ਕੋਈ ਖਾਸ ਇਲਾਜ ਦੀ ਲੋੜ ਨਹੀਂ ਪੈਂਦੀ, ਜਿਵੇਂ ਕਿ ਇਹ ਮੂੰਹ ਰਾਹੀਂ ਫੈਲਦੀ ਹੈ। ਇਸ ਲਈ ਬਚਾਓ ਹੀ ਇਸ ਬਿਮਾਰੀ ਦਾ ਵਧੀਆ ਹੱਲ ਹੈ। ਦੂਜੇ ਪਾਸੇ ਹੈਪੇਟਾਈਟਿਸ ਬੀ ਇੱਕ ਵੱਧ ਸਮੇਂ ਦੀ ਲਾਗ ਬਣ ਗਿਆ ਹੈ ਅਤੇ ਕੁਝ ਕੇਸਾਂ ਵਿੱਚ ਇਲਾਜ ਦੀ ਲੋੜ ਸਾਰੀ ਉਮਰ ਹੀ ਪੈਂਦੀ ਹੈ। ਹੈਪੇਟਾਈਟਿਸ ਏ ਅਤੇ ਹੈਪੇਟਾਈਟਿਸ ਬੀ ਦੋਨਾਂ ਲਈ ਹੀ ਦਵਾਈਆਂ ਉਪਲਬਧ ਹਨ। ਹੈਪੇਟਾਈਟਿਸ ਡੀ ਉਹਨਾਂ ਨੂੰ ਹੁੰਦਾ ਹੈ ਜੋ ਪਹਿਲਾਂ ਹੀ ਹੈਪੇਟਾਈਟਿਸ ਬੀ ਦੀ ਲਾਗ ਨਾਲ ਪੀੜਤ ਹੁੰਦੇ ਹਨ। ਇਸ ਨੂੰ ਹੈਪੇਟਾਈਟਿਸ ਬੀ ਦੀ ਦਵਾਈ ਲੈਣ ਨਾਲ ਠੀਕ ਕੀਤਾ ਜਾ ਸਕਦਾ ਹੈ। ਪਰ ਹੈਪੇਟਾਈਟਿਸ ਸੀ ਦੇ ਕੋਈ ਲੱਛਣ ਨਹੀਂ ਹੁੰਦੇ ਅਤੇ ਇਸ ਦੇ ਇਲਾਜ ਲਈ ਕੋਈ ਦਵਾਈ ਉਪਲਬਧ ਨਹੀਂ ਹੈ। ਹਾਲਾਂਕਿ ਹੈਪੇਟਾਈਟਿਸ ਸੀ ਦੇ ਕਈ ਕੇਸ ਗੰਭੀਰ ਵੀ ਹੁੰਦੇ ਹਨ। HCV ਨਾਲ ਸੰਕਰਮਿਤ 85% ਲੋਕ ਵੱਧ ਮਿਆਦੀ ਕ੍ਰੋਨਿਕ ਹੈਪੇਟਾਈਟਿਸ ਸੀ ਦੇ ਸ਼ਿਕਾਰ ਹੋ ਜਾਂਦੇ ਹਨ। ਦੁਨੀਆ ਭਰ ਵਿੱਚ 13 ਤੋਂ 15 ਕਰੋੜ ਲੋਕੀ ਕ੍ਰੋਨਿਕ ਹੈਪੇਟਾਈਟਿਸ ਸੀ ਨਾਲ ਸੰਕਰਮਿਤ ਹਨ। ਅਨੁਮਾਨ ਹੈ ਕਿ ਭਾਰਤ ਵਿੱਚ 1.5 ਕਰੋੜ ਲੋਕੀ ਹੈਪੇਟਾਈਟਿਸ ਸੀ ਨਾਲ ਸੰਕਰਮਿਤ ਹਨ। ਹੈਪੇਟਾਈਟਿਸ ਸੀ HCV ਜਿਸ ਦੇ ਫੈਲਣ ਦਾ ਮੁੱਖ ਕਾਰਨ ਟੀਕੇ ਹੁੰਦੇ ਹਨ, ਜੋ ਭਾਰਤ ਲਈ ਇੱਕ ਮੂਕ ਮਹਾਮਾਰੀ ਵਜੋਂ ਵੱਡੀ ਚੁਣੌਤੀ ਹੈ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਸੰਕਰਮਿਤ ਹਨ। ਹੈਪੇਟਾਈਟਿਸ ਸੀ ਵਾਇਰਸ ਦੇ ਕਈ ਜੀਨੋਟਾਈਪ ਹਨ ਜਿਹੜੇ ਕਿ 1 ਤੋਂ 6 ਤੱਕ ਹਨ, ਜਿਨ੍ਹਾਂ ਦੇ ਵਿੱਚੋਂ ਜੀਨੋਟਾਈਪ 1 ਅਤੇ 3 ਮੁੱਖ ਤੌਰ ਤੇ ਭਾਰਤ ਵਿੱਚ ਹੀ ਮਿਲੇ ਹਨ। ਪਰ ਹੈਪੇਟਾਈਟਿਸ ਸੀ ਦਾ ਇਲਾਜ ਸੰਭਵ ਹੈ ਜੇਕਰ ਸ਼ੁਰੂਆਤੀ ਦੇ ਸਮੇਂ ਵਿੱਚ ਹੀ ਇਸ ਦਾ ਪਤਾ ਲੱਗ ਜਾਵੇ, ਕਿਉਂਕਿ ਹੁਣ ਆਪਣੇ ਕੋਲ ਇਸ ਦਾ ਜ਼ਿਆਦਾ ਵਧੀਆ ਅਤੇ ਘੱਟ ਸਮੇਂ ਵਿੱਚ ਇਲਾਜ ਸੰਭਵ ਹੈ ਅਤੇ ਅਸੀਂ HCV ਸੰਕਰਮਣ ਨਾਲ ਜੂਝ ਰਹੇ ਲੋਕਾਂ ਲਈ ਹਰ ਵਿਧੀ ਦੇ ਇਲਾਜ ਦੇ ਸਮਰੱਥ ਹਾਂ। ਚਲੋ ਇੱਕ ਛੋਟੀ ਕਹਾਣੀ ਦੇਖਦੇ ਹਾਂ ਅਤੇ ਹੋਰ ਜਾਣਦੇ ਹਾਂ ਹੈਪੇਟਾਈਟਿਸ ਸੀ ਦੇ ਬਾਰੇ। ਹਾਂਜੀ ਸਾਗਰ, ਤੁਸੀਂ ਅੱਜ ਕੰਮ ਤੋਂ ਬਹੁਤ ਜਲਦੀ ਘਰ ਆ ਗਏ। ਹਾਂ ਸ਼ੀਤਲ, ਤੈਨੂੰ ਯਾਦ ਹੈ ਪਿਛਲੇ ਹਫ਼ਤੇ ਡਾਕਟਰ ਨੇ ਮੈਨੂੰ ਹੈਪੇਟਾਈਟਿਸ ਸੀ ਲਈ ਕੁਝ ਟੈਸਟ ਕਰਾਉਣ ਲਈ ਆਖਿਆ ਸੀ? ਇਸੇ ਲਈ ਰਿਪੋਰਟਾਂ ਲੈਣ ਲਈ ਮੈਂ ਲੈਬ ਗਿਆ ਸੀ। ਹਾਂ, ਮੈਨੂੰ ਯਾਦ ਹੈ। ਕੀ ਰਿਪੋਰਟਾਂ ਠੀਕ ਆਈਆਂ ਹਨ? ਨਹੀਂ, ਇਹਨਾਂ ਅਨੁਸਾਰ ਮੈਂ ਹੈਪੇਟਾਈਟਿਸ ਸੀ ਤੋਂ ਸੰਕਰਮਿਤ ਹਾਂ। ਹੈਪੇਟਾਈਟਿਸ ਸੀ, ਇਹ ਕੀ ਹੁੰਦਾ ਹੈ? ਮੈਨੂੰ ਵੀ ਨਹੀਂ ਪਤਾ ਹੈਪੇਟਾਈਟਿਸ ਸੀ ਹੁੰਦਾ ਕੀ ਹੈ, ਪਰ ਮੈਂ ਹੁਣ ਬਹੁਤ ਚਿੰਤਤ ਹਾਂ। ਸਾਗਰ, ਮੈਨੂੰ ਲੱਗਦਾ ਹੈ ਕਿ ਸਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ ਹੈਪੇਟਾਈਟਿਸ ਸੀ ਬਾਰੇ ਜਾਣਨਾ ਚਾਹੀਦਾ ਹੈ। ਹਾਂ ਸ਼ੀਤਲ, ਮੈਨੂੰ ਲੱਗਦਾ ਹੈ ਜੋ ਤੂੰ ਕਹਿ ਰਹੀ ਹੈ ਉਹ ਸਹੀ ਹੈ। ਮੈਨੂੰ ਗਾਈਡ ਕਰਨ ਲਈ ਡਾਕਟਰ ਹੀ ਸਹੀ ਆਦਮੀ ਹੈ। ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ ਸਾਗਰ, ਕੀ ਗੱਲ ਹੈ ਬਾਈ, ਤੂੰ ਇੰਨਾ ਚਿੰਤਿਤ ਕਿਉਂ ਲੱਗ ਰਿਹਾ? ਡਾਕਟਰ, ਮੈਨੂੰ ਹੁਣੇ ਹੀ ਮੇਰੇ ਹੈਪੇਟਾਈਟਿਸ ਸੀ ਟੈਸਟ ਦੀਆਂ ਰਿਪੋਰਟਾਂ ਮਿਲੀਆਂ ਹਨ
ਅਤੇ ਉਹ ਪੋਜ਼ਿਟਿਵ ਆਈਆਂ ਹਨ। ਮੈਨੂੰ ਹੈਪੇਟਾਈਟਿਸ ਸੀ ਹੈ ਅਤੇ ਮੈਨੂੰ ਹੁਣ ਬਹੁਤ ਹੀ ਚਿੰਤਾ ਹੈ। ਹਾਂ ਡਾਕਟਰ, ਸਾਨੂੰ ਬਹੁਤ ਚਿੰਤਾ ਹੈ ਅਤੇ ਇਸ ਲਈ ਅਸੀਂ ਇੱਥੇ ਹੈਪੇਟਾਈਟਿਸ ਸੀ ਬਾਰੇ ਜਾਣਨ ਲਈ ਆਏ ਹਾਂ ਅਤੇ ਇਹ ਕਿਵੇਂ ਠੀਕ ਹੋ ਸਕਦਾ ਹੈ। ਠੀਕ ਹੈ, ਮੈਨੂੰ ਰਿਪੋਰਟਸ ਦਿਖਾਓ। ਸਾਗਰ ਅਤੇ ਸ਼ੀਤਲ, ਬਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੈਂ ਤੁਹਾਨੂੰ ਹੈਪੇਟਾਈਟਿਸ ਸੀ ਬਾਰੇ ਸਭ ਕੁਝ ਦੱਸ ਦਿੰਦਾ ਹਾਂ ਅਤੇ ਇਹ ਠੀਕ ਕੀਤਾ ਜਾ ਸਕਦਾ ਹੈ। ਹੈਪੇਟਾਈਟਿਸ ਸੀ ਜਿਗਰ ਦੀ ਬਿਮਾਰੀ ਹੈ ਅਤੇ ਇਸ ਬਿਮਾਰੀ ਨੂੰ ਸਮਝਣ ਲਈ ਮੈਨੂੰ ਸਭ ਤੋਂ ਪਹਿਲਾਂ ਜਿਗਰ ਦੇ ਕੰਮਾਂ ਬਾਰੇ ਦੱਸਣ ਦਿਓ। ਬਈ ਤੁਹਾਡਾ ਜਿਗਰ ਸਰੀਰ ਵਿੱਚ ਵੱਡਾ ਅਤੇ ਮਹੱਤਵਪੂਰਨ ਅੰਗ ਹੈ। ਬਿਨਾਂ ਰੁਕੇ ਦਿਨ ਵਿੱਚ 24 ਘੰਟੇ ਇਹ ਤੁਹਾਡੇ ਸਰੀਰ ਨੂੰ ਵਧੀਆ ਚੱਲਦਾ ਰੱਖਣ ਲਈ ਕੰਮ ਕਰਦਾ ਰਹਿੰਦਾ ਹੈ। ਬਈ ਇਹ ਇੱਕ ਵੈਕਿਊਮ ਕਲੀਨਰ ਵਰਗਾ ਹੈ। ਇਹ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੀਆਂ ਚੀਜ਼ਾਂ ਬਾਹਰ ਕੱਢਦਾ ਹੈ। ਇਹ ਇੱਕ ਗੋਦਾਮ ਵਰਗਾ ਹੈ। ਇਹ ਵਿਟਾਮਿਨ ਅਤੇ ਖਣਿਜ ਨੂੰ ਜਮ੍ਹਾਂ ਕਰਕੇ ਰੱਖਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਤੁਹਾਡੇ ਸਰੀਰ ਨੂੰ ਸਹੀ ਮਾਤਰਾ ਵਿੱਚ ਮਿਲ ਰਹੇ ਹਨ। ਇਹ ਇੱਕ ਬਾਡੀ ਬਿਲਡਰ ਵਰਗਾ ਹੈ। ਇਹ ਤੁਹਾਡੇ ਸਰੀਰ ਵਿੱਚ ਸਹੀ ਮਾਤਰਾ ਵਿੱਚ ਅਮੀਨੋ ਐਸਿਡ ਅਤੇ ਗਲੂਕੋਜ਼ ਦਿੰਦਾ ਹੈ। ਇਹ ਇੱਕ ਫੈਕਟਰੀ ਵਰਗਾ ਹੁੰਦਾ ਹੈ। ਇਹ ਇੱਕ ਮਹੱਤਵਪੂਰਨ ਪਾਚਨ ਤਰਲ ਬਣਾਉਂਦਾ ਹੈ ਜਿਸ ਨੂੰ ਬਾਇਲ ਕਹਿੰਦੇ ਹਨ। ਇਹ ਤੁਹਾਡੇ ਸਰੀਰ ਵਿੱਚ ਹਾਰਮੋਨਸ ਨੂੰ ਕਾਬੂ ਕਰਦਾ ਹੈ। ਹੁਣ ਕਿਉਂਕਿ ਸਾਨੂੰ ਜਿਗਰ ਦੀ ਭੂਮਿਕਾ ਬਾਰੇ ਪਤਾ ਲੱਗ ਗਿਆ, ਚਲੋ ਹੈਪੇਟਾਈਟਿਸ ਸੀ ਨੂੰ ਸਮਝਦੇ ਹਾਂ। ਭਈ ਹੈਪੇਟਾਈਟਿਸ ਸੀ ਇੱਕ ਉਹ ਬਿਮਾਰੀ ਹੈ ਜੋ ਹੈਪੇਟਾਈਟਿਸ ਸੀ ਵਾਇਰਸ ਨਾਲ ਫੈਲਦੀ ਹੈ ਜੋ ਕਿ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਜਿਗਰ ਵਿੱਚ ਸੋਜਿਸ਼ ਦਾ ਕਾਰਨ ਬਣਦਾ ਹੈ। ਇੱਕ ਵਾਰ ਜੋ ਜਿਗਰ ਪ੍ਰਭਾਵਿਤ ਹੋ ਜਾਵੇ ਤਾਂ ਇਹ ਆਪਣੇ ਸਾਰੇ ਕਾਰਜ ਠੀਕ ਤਰੀਕੇ ਨਹੀਂ ਕਰਦਾ। ਠੀਕ ਹੈ ਤਾਂ ਡਾਕਟਰ ਸਾਹਿਬ, ਮੈਨੂੰ ਹੈਪੇਟਾਈਟਿਸ ਸੀ ਕਿਵੇਂ ਹੋ ਗਿਆ? ਹੈਪੇਟਾਈਟਿਸ ਸੀ ਦਾ ਵਾਇਰਸ ਖੂਨ ਜਾਂ ਫਿਰ ਤਰਲ ਪਦਾਰਥ ਦੁਆਰਾ ਸੰਕਰਮਿਤ ਆਦਮੀ ਰਾਹੀਂ ਫੈਲਦਾ ਹੈ। ਤੁਹਾਨੂੰ ਇਸ ਦੀ ਲਾਗ ਇਹਨਾਂ ਕਾਰਨਾਂ ਕਰਕੇ ਲੱਗ ਸਕਦੀ ਹੈ। ਖੂਨ ਚੜਾਉਣ ਨਾਲ, ਡਰੱਗ, ਸੂਈ ਅਤੇ ਨਿੱਜੀ ਵਸਤੂਆਂ ਜਿਵੇਂ ਉਸਤਰਾ, ਟੁੱਥਬ੍ਰਸ਼ ਆਦਿ ਦੇ ਸਾਂਝੇ ਇਸਤੇਮਾਲ ਨਾਲ, ਸੰਕਰਮਿਤ ਸੂਈਆਂ ਨਾਲ ਟੈਟੂ ਖੁਦਵਾਉਣਾ, ਸੈਕਸ ਰਾਹੀਂ ਇਹ ਘੱਟ ਹੀ ਵਾਪਰਦਾ ਹੈ। ਉਹ ਵੀ ਤਾਂ ਜੇਕਰ ਤੁਹਾਨੂੰ STD ਰੋਗ ਹੋਵੇ, HIV ਸੰਕਰਮਣ ਨਾਲ ਜਾਂ ਬਹੁਤੀਆਂ ਨਾਲ ਸਰੀਰਕ ਸੰਬੰਧਾਂ ਨਾਲ ਜਾਂ ਸੰਕਰਮਿਤ ਮਾਂ ਦੁਆਰਾ ਬੱਚੇ ਨੂੰ ਜਨਮ ਸਮੇਂ ਇਹ ਹੋ ਜਾਂਦਾ ਹੈ। ਠੀਕ ਹੈ, ਇਸ ਲਈ ਡਾਕਟਰ ਸਾਹਿਬ, ਕੀ ਇਸ ਰੋਗ ਦੇ ਕੋਈ ਲੱਛਣ ਹੁੰਦੇ ਹਨ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਹੈਪੇਟਾਈਟਿਸ ਸੀ ਤੋਂ ਪੀੜਿਤ ਹਾਂ? ਬਈ ਕਈ ਲੋਕਾਂ ਨੂੰ ਹੈਪੇਟਾਈਟਿਸ ਸੀ ਦੇ ਕੋਈ ਲੱਛਣ ਨਹੀਂ ਹੁੰਦੇ, ਪਰ ਤੁਸੀਂ ਇਹ ਲੱਛਣ ਨੋਟ ਕਰ ਸਕਦੇ ਹੋ। ਪੇਟ ਦਾ ਦਰਦ, ਭੁੱਖ ਦੀ ਕਮੀ, ਉਲਟੀ, ਥਕਾਵਟ, ਮਾਂਸਪੇਸ਼ੀਆਂ ਅਤੇ ਜੋੜਾਂ ਦਾ ਦਰਦ, ਬੁਖਾਰ, ਧੁੰਦਲਾ ਪਿਸ਼ਾਬ, ਪੀਲੀਆ। ਡਾਕਟਰ, ਫਿਰ ਸਾਨੂੰ ਇਹ ਕਦੋਂ ਪਤਾ ਲੱਗੇਗਾ ਕਿ ਸਾਨੂੰ ਹੈਪੇਟਾਈਟਿਸ ਸੀ ਹੈ? ਹੈਪੇਟਾਈਟਿਸ ਸੀ ਦੇ ਆਮ ਤੌਰ 'ਤੇ ਕੋਈ ਲੱਛਣ ਨਹੀਂ ਹੁੰਦੇ। ਇਸ ਨੂੰ ਪਛਾਣਨਾ ਬਹੁਤ ਮੁਸ਼ਕਲ ਹੈ। ਇੱਕ ਖੂਨ ਦਾ ਟੈਸਟ ਦੱਸ ਸਕਦਾ ਹੈ ਕਿ ਤੁਹਾਨੂੰ ਹੈਪੇਟਾਈਟਿਸ ਸੀ ਹੈ। ਤੁਹਾਡਾ ਡਾਕਟਰ ਜਿਗਰ ਬਾਇਓਪਸੀ ਦੀ ਸਲਾਹ ਦੇਵੇਗਾ ਜੋ ਉਸਨੂੰ ਲੱਗਦਾ ਹੈ ਕਿ ਹੈਪੇਟਾਈਟਿਸ ਸੀ ਦੀ ਗੰਭੀਰ ਸਮੱਸਿਆ ਹੈ। ਡਾਕਟਰ, ਹੁਣ ਮੈਂ ਹੈਪੇਟਾਈਟਿਸ ਸੀ ਤੋਂ ਸੰਕਰਮਿਤ ਹੋ ਗਿਆ ਹਾਂ। ਕੀ ਇਹਦੇ ਵਿੱਚ ਕੋਈ ਉਲਝਣਾਂ ਹਨ? ਹਾਂ ਸਾਗਰ, ਬਈ ਹੈਪੇਟਾਈਟਿਸ ਸੀ ਨਾਲ ਸੰਬੰਧਿਤ ਬਹੁਤ ਸਾਰੀਆਂ ਉਲਝਣਾਂ ਹਨ। ਕੋਈ ਵੀ ਚੀਜ਼ ਜੋ ਜਿਗਰ ਨੂੰ ਪਿਛਲੇ ਕਈ ਸਾਲਾਂ ਤੋਂ ਖਰਾਬ ਕਰ ਰਹੀ ਹੈ, ਉਹ ਜਿਗਰ ਨੂੰ ਗਲਤ ਟਿਸ਼ੂ ਬਣਾਉਣ ਦੀ ਸਥਿਤੀ ਵਿੱਚ ਲੈ ਜਾਂਦੀ ਹੈ। ਫਿਬਰੋਸਿਸ,
ਜਿਗਰ ਨੂੰ ਦਾਗੀ ਜਾਂ ਖਰਾਬ ਹੋਣ ਦਾ ਪਹਿਲਾ ਪੜਾਅ ਹੈ, ਪਰ ਜਦੋਂ ਗਲਤ ਟਿਸ਼ੂ ਬਣਨ ਲੱਗਦੇ ਹਨ ਇਹ ਜਿਗਰ ਦੇ ਬਹੁਤ ਹਿੱਸੇ ਨੂੰ ਖਰਾਬ ਕਰ ਦਿੰਦੇ ਹਨ ਅਤੇ ਇਹ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ ਜਿਸ ਨੂੰ ਸਿਰੋਹੋਸਿਸ ਕਹਿੰਦੇ ਹਨ। ਜੇ ਹੈਪੇਟਾਈਟਿਸ ਸੀ ਪ੍ਰਬੰਧ ਉਚੇਰੇ ਢੰਗ ਨਾਲ ਨਹੀਂ ਕੀਤਾ ਜਾਂਦਾ ਤਾਂ ਇਸ ਕਾਰਨ ਜਿਗਰ ਕੰਮ ਛੱਡ ਦਿੰਦਾ, ਜਿਗਰ ਕੈਂਸਰ ਅਤੇ ਕਈ ਵਾਰ ਮੌਤ ਹੋ ਜਾਂਦੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ HCV ਠੀਕ ਤਰੀਕੇ ਨਾਲ ਅਤੇ ਛੇਤੀ ਤਸ਼ਖੀਸ ਕੀਤਾ ਜਾਵੇ ਅਤੇ ਇਹੀ ਕਾਰਨ ਹੈ ਕਿ ਮੈਂ ਤੁਹਾਨੂੰ ਟੈਸਟ ਕਰਾਉਣ ਦੀ ਸਲਾਹ ਦਿੰਦਾ ਹਾਂ। ਡਾਕਟਰ ਸਾਹਿਬ, HCV ਬਾਰੇ ਸੁਣਨ ਵਿੱਚ ਸਾਰਾ ਕੁਝ ਬਹੁਤ ਹੀ ਡਰਾਵਨਾ ਲੱਗਦਾ ਹੈ। ਮੈਨੂੰ ਸਾਗਰ ਦੀ ਸਿਹਤ ਦੀ ਚਿੰਤਾ ਹੈ। ਡਾਕਟਰ, ਹੈਪੇਟਾਈਟਿਸ ਸੀ ਦੇ ਇਲਾਜ ਦਾ ਕੋਈ ਤਰੀਕਾ ਹੈ? ਸ਼ੀਤਲ, ਸ਼ਾਂਤ ਹੋ ਜਾਓ ਬਈ, ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਹੈਪੇਟਾਈਟਿਸ ਸੀ ਲਈ ਹਮੇਸ਼ਾ ਇਲਾਜ ਦੀ ਜ਼ਰੂਰਤ ਨਹੀਂ ਹੈ। ਕਈ ਲੋਕਾਂ ਵਿੱਚ ਉਹਨਾਂ ਦੇ ਸਰੀਰ ਦੀ ਰੋਗ ਵਿਰੋਧੀ ਸਮਰੱਥਾ ਹੀ ਸੰਕਰਮਣ ਨੂੰ ਦੂਰ ਕਰ ਦਿੰਦੀ ਹੈ, ਪਰ ਜਦੋਂ ਵੀ ਇਲਾਜ ਦੀ ਜ਼ਰੂਰਤ ਹੁੰਦੀ ਹੈ, ਹੈਪੇਟਾਈਟਿਸ ਸੀ ਦੇ ਇਲਾਜ ਦਾ ਟੀਚਾ ਇਸ ਦਾ ਇਲਾਜ ਕਰਵਾਉਣਾ ਹੁੰਦਾ ਹੈ। ਜਿਗਰ ਦੀ ਬਿਮਾਰੀ ਅਤੇ ਜਿਗਰ ਫੇਲ ਹੋਣ ਤੋਂ ਰੋਕਣ ਲਈ, ਲੱਛਣਾਂ ਤੋਂ ਬਚਾਓ ਲਈ ਅਤੇ ਜਿਗਰ ਕੈਂਸਰ ਦੇ ਖਤਰੇ ਨੂੰ ਹਟਾਉਣ ਲਈ। ਬਈ, ਸਾਰਾ ਇਲਾਜ ਟੀਕਾ ਅਤੇ ਓਰਲ ਡਰੱਗ ਥੈਰੇਪੀ ਦਾ ਸੁਮੇਲ ਹੈ, ਪਰ ਅਜੋਕੇ ਸਮੇਂ ਵਿੱਚ ਹੈਪੇਟਾਈਟਿਸ ਸੀ ਦਾ ਇਲਾਜ ਓਰਲ ਥੈਰੇਪੀ ਦੀ ਉਪਲਬਧਤਾ ਕਾਰਨ ਸੌਖਾ ਹੋ ਗਿਆ। ਬਈ, ਨਵੀਂ ਓਰਲ ਵਿਧੀ ਬਨਾਮ ਸੁਮੇਲੀ ਵਿਧੀ ਜਾਂ ਕੰਬੀਨੇਸ਼ਨਲ ਰੈਜੀਮਨ ਦਾ ਇਹ ਲਾਭ ਹੈ ਕਿ ਉਹ ਸੌਖੇ ਤਰੀਕੇ ਨਾਲ ਦਵਾਈ ਦੀ ਖੁਰਾਕ ਯਕੀਨੀ ਕਰਦਾ ਹੈ। ਘੱਟ ਸਮੇਂ ਦਾ ਇਲਾਜ ਪਾਓ 3 ਤੋਂ 6 ਮਹੀਨੇ ਚੱਲਦਾ ਹੈ, ਬਿਹਤਰ ਸਹਿਣਸ਼ੀਲਤਾ ਪ੍ਰਦਾਨ ਕਰਦਾ ਹੈ, ਮਰੀਜ਼ ਦੁਆਰਾ ਪਾਲਣਾ ਵਿੱਚ ਵਾਧਾ ਕਰਦਾ ਹੈ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਂਦਾ ਹੈ। ਦਵਾਈਆਂ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਹੈਪੇਟਾਈਟਿਸ ਸੀ ਦੇ ਮਰੀਜ਼ ਆਪਣੇ ਆਪ ਦਾ ਖਾਸ ਧਿਆਨ ਰੱਖਣ। ਇਸ ਦੇ ਵਿੱਚ ਸ਼ਾਮਲ ਹੈ ਡਾਕਟਰ ਦੇ ਨਾਲ ਲਗਾਤਾਰ ਸੰਪਰਕ, ਡਾਇਗਨੋਸਟਿਕ ਅਨੁਸੂਚੀ ਨੂੰ ਠੀਕ ਤਰੀਕੇ ਨਾਲ ਅਪਣਾਉਣਾ, ਹੈਪੇਟਾਈਟਿਸ ਬੀ ਦੀ ਲਾਗ ਤੋਂ ਬਚਣ ਲਈ ਟੀਕਾਕਰਨ, ਪੌਸ਼ਟਿਕ ਭੋਜਨ ਲੈਣਾ, ਸ਼ਰਾਬ ਤੋਂ ਪਰਹੇਜ਼, ਹਰ ਤਰ੍ਹਾਂ ਦੀਆਂ ਬੇਲੋੜੀਆਂ ਦਵਾਈਆਂ ਤੋਂ ਪਰਹੇਜ਼, ਸਰੀਰਕ ਤੰਦਰੁਸਤੀ ਦੇ ਪੱਧਰ ਨੂੰ ਬਰਕਰਾਰ ਰੱਖਣਾ ਅਤੇ ਵਧੀਆ ਮਿਲਣਸਾਰ ਸਮਾਜਿਕ ਸਿਸਟਮ ਬਰਕਰਾਰ ਰੱਖਣਾ। ਸਾਰੀ ਜਾਣਕਾਰੀ ਲਈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਯਕੀਨਨ ਆਪਣਾ ਇਲਾਜ ਸ਼ੁਰੂ ਕਰਾਂਗਾ ਅਤੇ ਤੁਹਾਡੀ ਸਲਾਹ 'ਤੇ ਅਮਲ ਕਰਾਂਗਾ। ਬਹੁਤ ਵਧੀਆ ਫੈਸਲਾ ਸਾਗਰ, ਬਈ ਸਹੀ ਇਲਾਜ ਅਤੇ ਤਰੀਕੇ ਨਾਲ ਹੈਪੇਟਾਈਟਿਸ ਸੀ ਠੀਕ ਹੋ ਜਾਂਦਾ ਹੈ। ਹੈਪੇਟਾਈਟਿਸ ਸੀ ਸਫਲਤਾਪੂਰਵਕ ਠੀਕ ਕੀਤਾ ਜਾ ਸਕਦਾ ਹੈ ਜੇਕਰ ਇਸ ਦਾ ਜਲਦੀ ਪਤਾ ਲੱਗ ਜਾਵੇ, ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਜੇ ਤੁਹਾਨੂੰ ਇਸ ਦਾ ਖਤਰਾ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਇਸ ਦਾ ਟੈਸਟ ਕਰਵਾਓ। ਵਧੇਰੇ ਜਾਣਕਾਰੀ ਲਈ ਆਪਣੇ ਡਾਕਟਰ ਨਾਲ ਸੰਪਰਕ ਕਰੋ।